ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੀ ਬਰਸੀ ਦਾ ਦਿਹਾੜਾ, ਉਸ ਨੂੰ ਸਮਰਪਿਤ ਅੱਜ ਦੀ ਪੂਰਨਮਾਸ਼ੀ ਦਾ ਦਿਨ। ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਮਹਾਂਪੁਰਖਾਂ ਨੇ। ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਇਤਿਹਾਸ ਦੀਆਂ ਸਾਖੀਆਂ ਆਪ ਜੀ ਨੂੰ ਸਰਵਣ ਕਰਾਈਆਂ। ਹੁਣ ਸਾਰੀਆਂ ਸੰਗਤਾਂ ਦੇ ਦਰਗਾਹੀ ਪ੍ਰਸ਼ਾਦ ਦਾ ਸਮਾਂ ਹੈ। ਸਾਹਮਣੇ ਬੈਠੇ ਰਹਿਣਾ ਹੈ, 10 ਮਿੰਟ 15 ਮਿੰਟ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਣਗੀਆਂ। ਦਰਗਾਹੀ ਪ੍ਰਸ਼ਾਦ ਝੋਲੀਆਂ ਅੱਡ ਕੇ ਰੱਖੋ, ਆਪਾਂ ਝੋਲੀਆਂ ਭਰਾਉਣ ਲਈ ਆਏ ਹਾਂ, ਇਹ ਲੈ ਕੇ ਜਾਣਾ। ਹੁਣ ਫਲ ਆਪਾਂ ਨੂੰ ਫਲ ਮਿਲਿਆ ਹੈ ਜਿਹੜਾ ਕਿ ਸਤਿਗੁਰਾਂ ਨੇ ਹੁਕਮਨਾਮਾ ਬਖਸ਼ਿਆ ਹੈ, ਹਮਰੀ ਗੰਤ ਨਾ ਗਣੀਆਂ ਕਾਈ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਬਚਨਾਂ ਤੋਂ ਬਾਅਦ ਹੁਕਮਨਾਮਾ ਅਤੇ ਦਰਗਾਹੀ ਪ੍ਰਸ਼ਾਦ ਸੰਗਤਾਂ ਨੂੰ ਕਿਰਪਾ ਕਰਦੇ ਸੀ। ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵੀ, ਆਪ ਜੀ ਨੇ ਬਾਬਾ ਲੱਖਾ ਸਿੰਘ ਜੀ ਤੋਂ ਸਰਵਣ ਕੀਤੇ ਆ ਬਾਬਾ ਸਾਧੂ ਸਿੰਘ ਜੀ ਮਹਾਂਪੁਰਖਾਂ ਦੇ ਬਚਨ, ਜਿਨ੍ਹਾਂ ਮਹਾਂਪੁਰਖਾਂ ਨੇ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਦੀ ਹਜ਼ੂਰੀ ਸੇਵਾ ਕਰਕੇ ਅਤੇ ਅੰਤ ਤੱਕ ਆਪ ਜੀ ਸਰਵਣ ਕਰ ਰਹੇ ਸੀ। ਬਾਬਾ ਸਾਧੂ ਸਿੰਘ ਜੀ ਵੀ ਕਹਿੰਦੇ ਸੀ ਕਿ ਸਾਡੇ ਹੱਥਾਂ ਦੇ ਵਿੱਚੋਂ ਬਾਬਾ ਜੀ ਗਏ ਨੇ, ਅਸੀਂ ਕੋਲ ਬੈਠੇ ਬਚਨ ਕਰ ਰਹੇ, ਧੰਨ ਬਾਬਾ ਈਸ਼ਰ ਸਿੰਘ ਜੀ ਸਾਡੇ ਹੱਥਾਂ ਦੇ ਵਿੱਚੋਂ ਉਡਾਰੀ ਮਾਰ ਕੇ ਚਲੇ ਗਏ। ਜੀਵਨ ਜੀਵਨ ਦੀਆਂ ਘਾਲਣਾ, ਬਾਬਾ ਈਸ਼ਰ ਸਿੰਘ ਮਹਾਰਾਜ ਦੇ ਚਰਨਾਂ 'ਚ ਮਹਾਂਪੁਰਖਾਂ ਨੇ ਜੀਵਨ ਲਾਏ ਆਪਣੇ ਮੁਰਸ਼ਦ ਦੇ ਕੋਲ। ਉਸ ਤੋਂ ਬਾਅਦ ਬਾਬਾ ਜੀ ਦੇ ਇਸ ਕਾਰੋਬਾਰ ਨੂੰ ਸਾਰੇ ਮਹਾਂਪੁਰਖਾਂ ਨੇ, ਵੱਧ ਤੋਂ ਵੱਧ ਜਿੰਨੀ ਬਾਬਾ ਜੀ ਦੀ ਕਿਰਪਾ ਸੀ ਵੱਧ ਤੋਂ ਵੱਧ ਪ੍ਰਚਾਰ ਕੀਤਾ ਹੈ। ਨਾਨਕਸਰ ਦਾ ਪ੍ਰਚਾਰ ਕਦੋਂ ਜ਼ਿਆਦਾ ਹੋਇਆ ਹੈ, ਇਹ ਬਾਬਾ ਈਸ਼ਰ ਸਿੰਘ ਜੀ ਤੋਂ ਬਾਅਦ ਵਿੱਚ ਬਾਬਾ ਈਸ਼ਰ ਸਿੰਘ ਜੀ ਦੇ ਵਰੋਸਾਏ ਹੋਏ ਮਹਾਂਪੁਰਖਾਂ ਨੇ। ਬਾਬਾ ਜੀ ਕਹਿੰਦੇ ਸੀ ਹੁਣ ਅਨੇਕਾਂ ਹੀ ਰੂਪ ਧਾਰ ਲਾਂਗੇ, ਅਨੇਕਾਂ ਹੀ, ਹੁਣ ਇੱਕ ਨਹੀਂ। ਕਦੇ ਇਹ ਕਹਿੰਦੇ ਸੀ ਸਾਡਾ ਜੀ ਕਰਦਾ ਸੀ ਇੱਥੇ ਬੈਠੀਏ ਅਤੇ ਚਾਰੇ ਪਾਸੇ ਆਪਣੇ ਜਥੇ ਆਪਣੇ ਮਹਾਂਪੁਰਖਾਂ ਨੂੰ ਭੇਜੀ ਆਈਏ ਅਤੇ ਗੁਰੂ ਨਾਨਕ ਦੇ ਨਾਮ ਦਾ ਮਿਸ਼ਨ ਦਾ ਪ੍ਰਚਾਰ ਕਰੀਏ। ਕਿਤੇ ਬਾਬਾ ਈਸ਼ਰ ਸਿੰਘ ਮਹਾਰਾਜ ਕਹਿੰਦੇ ਸੀ ਸਾਡਾ ਮਨ ਚਾਹੁੰਦਾ ਜਹਾਜ਼ ਹੋਵੇ, ਥਾਂ ਥਾਂ ਪ੍ਰਚਾਰ ਕਰਕੇ ਫਿਰ ਵਾਪਸ ਆ ਜਾਈਏ। ਬਹੁਤ ਹੀ ਕੀਮਤੀ ਅਮੋਲਕ ਬਚਨ ਆਪ ਜੀ ਨੇ ਬਾਬਾ ਲੱਖਾ ਸਿੰਘ ਜੀ ਤੋਂ, ਬਾਬਾ ਈਸ਼ਰ ਸਿੰਘ ਮਹਾਰਾਜ ਅਤੇ ਜਿਵੇਂ ਬਾਬਾ ਸਾਧੂ ਸਿੰਘ ਜੀ ਨੇ ਆਪਣੀਆਂ ਸੇਵਾ ਨਿਭਾਈਆਂ, ਸਰਵਣ ਕੀਤੀਆਂ। ਦਾਸ ਤੋਂ ਦਾਸ ਨੇ ਵੀ ਪਹਿਲੋਂ ਕੀਰਤਨ ਦੀ ਸ਼ੁਰੂਆਤ ਵੇਲੇ ਜਿਸ ਤਰ੍ਹਾਂ ਬਾਬਾ ਕੁੰਦਨ ਸਿੰਘ ਮਹਾਰਾਜ ਨੇ ਆਪਣੇ ਜੀਵਨ ਬਾਬਾ ਜੀ ਦੇ ਚਰਨਾਂ 'ਚ ਨਿਭਾਇਆ, ਇਹ ਮਹਾਂਪੁਰਖਾਂ ਦੀਆਂ ਡਿਊਟੀਆਂ ਨੇ। ਅੱਜ ਵੀ ਸਾਰੇ ਮਹਾਂਪੁਰਖ ਆਪਣੀ ਥਾਂ ਪਰ ਥਾਂ ਪ੍ਰਚਾਰ ਕਰ ਰਹੇ ਨੇ। ਸਾਡੇ ਨਾਨਕਸਰ ਦਾ ਮਿਸ਼ਨ ਇਹ ਨਾਮ ਜਪਣਾ ਅਤੇ ਜਪਾਉਣਾ, ਪਰ ਅੱਜ ਮਹਾਂਪੁਰਖਾਂ ਨੂੰ ਉਹ ਵੀ ਕੰਮ ਕਰਨੇ ਪੈ ਰਹੇ ਨੇ ਜਿਹੜੇ ਅੱਗੇ ਸਾਡੇ ਵੱਡਿਆਂ ਨੇ ਨਹੀਂ ਕੀਤੇ, ਕਿਉਂਕਿ ਪਰਪਕਾਰ ਵਾਸਤੇ, ਭਲਿਆਈ ਵਾਸਤੇ, ਭਲਿਆਈ ਵਾਸਤੇ, ਪਰਪਕਾਰ ਵਾਸਤੇ ਨਾਨਕ ਸਰ ਦੇ ਵੱਲੋਂ ਮਹਾਂਪੁਰਖ ਵੱਡੇ ਵੱਡੇ ਉਪਰਾਲੇ ਸਕੂਲਾਂ ਦੇ, ਕਾਲਜਾਂ ਦੇ, ਗੁਰਮਤ ਦੇ ਕਾਲਜ, ਗੁਰਸਿੱਖੀ ਦੇ ਸਕੂਲ, ਬੂਟੇ ਲਾਉਣ ਦਾ ਕਾਰਜ ਬਾਬਾ ਲੱਖਾ ਸਿੰਘ ਜੀ ਕਾਫੀ ਅਗਾਂਹ ਵੱਧ ਕੇ ਕਰ ਰਹੇ ਨੇ। ਇਹ ਆਪਾਂ ਸਾਰਿਆਂ ਨੂੰ ਹੀ ਜ਼ਰੂਰਤ ਹੈ, ਸਾਰਿਆਂ ਨੂੰ। ਆ ਜਿਹੜੇ ਅਵਾਰਾ ਪਸ਼ੂ ਫਿਰਦੇ ਆ ਨਾ,
ਭਾਈ ਇਹਨਾਂ ਨੂੰ ਸਾਰੇ ਹੀ ਸੰਭਾਲਣ ਦੀ ਕੋਸ਼ਿਸ਼ ਕਰੋ, ਕਿਉਂਕਿ ਮੈਂ ਇੱਕ ਹਿੰਦੂ ਧਰਮ ਦੇ ਮਹਾਂਪੁਰਖਾਂ ਦੇ ਕੋਲ ਵਿਚਾਰ ਰੱਖੀ ਕਿ ਸਿੱਖ ਜਿਹੜੇ ਆ ਇਹ ਗਊ ਨੂੰ ਜਿਸ ਤਰ੍ਹਾਂ ਹਿੰਦੂ ਧਰਮ ਮੰਨਦਾ ਹੈ ਉਸ ਤਰੀਕੇ ਨਹੀਂ ਮੰਨਦੇ, ਪਰ ਇਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਤੁਸੀਂ ਗਊ ਗਰੀਬ ਦੇ ਰਾਖੇ ਜੇ, ਗਊ ਦੀ ਪੂਜਾ ਨਹੀਂ ਕਰਦੇ ਸਿੱਖ, ਕਿਉਂਕਿ ਸਿੱਖਾਂ ਵਿੱਚ ਕੋਈ ਪੂਜਾ ਹੈ ਅਕਾਲ ਪੁਰਖ ਦੀ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ, ਹੋਰ ਕੋਈ ਪੂਜਾ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਹੈ ਨਿਰੰਕਾਰ ਕਰਕੇ ਆ, ਜੇ ਮਹਾਂਪੁਰਖਾਂ ਦੀ ਪੂਜਾ ਸਤਿਕਾਰ ਹੈ ਤੇ ਰੱਬ ਦਾ ਰੂਪ ਆਪ ਨਿਰੰਕਾਰ ਬ੍ਰਹਮ ਗਿਆਨੀ ਸਾਧੂ ਨਾਨਕ ਸਾਧ ਪਰਾ ਭੇਦ ਨਾ ਪਾਏ। ਬਾਬਾ ਆਨੰਦ ਸਿੰਘ ਜੀ ਨੂੰ ਬਾਬਾ ਈਸ਼ਰ ਸਿੰਘ ਜੀ ਨੇ ਪੂਜਿਆ ਹੈ ਰੱਬ ਜਾਣ ਕੇ, ਇੱਥੇ ਪਰਮੇਸ਼ਰ ਦੀ ਪੂਜਾ ਹੈ। ਔਰਤ ਨੂੰ ਵੀ ਹੁਕਮ ਹੈ ਤੂੰ ਪਤੀ ਨੂੰ ਪਰਮੇਸ਼ਰ ਕਰਕੇ ਪੂਜ। ਮਹਾਂਪੁਰਖ ਜਿਹੜੇ ਗਰੀਬਾਂ ਨੂੰ ਵੰਡਦੇ ਆ, ਗਰੀਬਾਂ ਦੇ ਪਰਉਪਕਾਰ ਕਰਦੇ ਆ, ਉਹ ਦਾਨੀ ਬਣ ਕੇ ਨਹੀਂ ਕਰਦੇ, ਉਹ ਇਸ ਕਰਕੇ ਕਰਦੇ ਆ ਕਿ ਇਹਨਾਂ ਗਰੀਬਾਂ ਦੇ ਵਿੱਚ ਪਰਮਾਤਮਾ ਵੱਸਦਾ, ਰੱਬ ਵੱਸਦਾ, ਉਹ ਰੱਬ ਦੀ ਸੇਵਾ ਕਰਦੇ ਆ। ਜਿਹੜੇ ਸਾਧੂ ਸੰਤ ਉੱਚੀ ਅਵਸਥਾ ਵਾਲੇ ਆ ਨਾ, ਉਹ ਦਾਨੀ ਬਣ ਕੇ ਨਹੀਂ ਕਰਦੇ। ਦਾਨੀ ਬਣ ਕੇ ਕਰਾਂਗੇ ਤੇ ਅਸੀਂ ਵੱਡੇ ਖਵਾਵਾਂਗੇ, ਸਾਡਾ ਘਟੇਗਾ, ਤੇ ਜੇ ਅਸੀਂ ਪਰਮਾਤਮਾ ਦੀ ਪੂਜਾ ਕਰਾਂਗੇ ਤੇ ਸਾਡਾ ਵਧੇਗਾ। ਗਊ ਗਰੀਬ ਦੀ ਰਕਸ਼ਾ ਕਰਨੀ ਗੁਰਸਿੱਖ ਨੂੰ ਹੁਕਮ ਹੈ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਗਊ ਮਾਤਾ ਨੂੰ ਮੰਨਣ ਵਾਲਾ ਹਿੰਦੁਸਤਾਨ ਹੈ, ਸਾਰੇ ਹਿੰਦੁਸਤਾਨ 'ਚ ਬੁੱਚੜਖਾਨੇ ਆ, ਪਰ ਪੰਜਾਬ ਦੇ ਵਿੱਚ ਜਦੋਂ ਬੁੱਚੜਖਾਨਾ ਲੱਗਣ ਲੱਗਾ ਸੀ ਨਾ, ਤੇ ਪੰਜਾਬ ਦੇ ਨਾਮਧਾਰੀ ਸਿੱਖਾਂ ਨੇ ਸਭ ਤੋਂ ਪਹਿਲਾਂ ਤੋਪ ਅੱਗੇ ਖੜ ਕੇ ਕੁਰਬਾਨੀਆਂ ਦਿੱਤੀਆਂ ਸੀ, ਭਾਵ ਕਿ ਗੁਰੂ ਪੰਜਾਬ ਦੇ ਜਿਹੜੇ ਸਿੱਖ ਸੀ ਉਹ ਸਭ ਤੋਂ ਪਹਿਲਾਂ ਗਊ ਪਿੱਛੇ ਮਰਨ ਨੂੰ ਤਿਆਰ ਹੋਏ ਸੀ। ਗਊ ਦੇ ਪਿੱਛੇ ਤੁਹਾਡੇ 'ਚ ਕੋਈ ਮਰਿਆ ਹੈ? ਕੁਰਬਾਨੀਆਂ ਦਿੱਤੀਆਂ ਸੀ। ਮੈਂ ਕਿਹਾ ਹੁਣ ਤੱਕ ਆ ਹੁਣ ਬੁੱਚੜਖਾਨਾ ਲੱਗਿਆ ਪੰਜਾਬ ਦੀ ਧਰਤੀ ਤੇ, ਪੰਜਾਬ ਵਾਲਿਆਂ ਨੇ ਕਿਹਾ ਸੀ ਅਸੀਂ ਗਊ ਦੀ ਹੱਤਿਆ ਦਾ ਬੁੱਚੜਖਾਨਾ ਨਹੀਂ ਲੱਗਣ ਦੇਣਾ, ਅਸੀਂ ਪੂਜਦੇ ਨਹੀਂ, ਪਰ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੈ ਤੁਸੀਂ ਗਊ ਗਰੀਬ ਦੇ ਰਕਸ਼ਕ ਜੇ, ਤੁਸੀਂ ਗਰੀਬਾਂ ਨੂੰ ਵੀ ਪਾਲਣਾ ਹੈ, ਤੁਸੀਂ ਗਊ ਦੀ ਵੀ ਪਾਲਣਾ ਕਰਨੀ, ਗਊ ਗਰੀਬ ਦੀ ਰੱਖਿਆ ਕਰਨੀ ਹੈ। ਕਿਉਂਕਿ ਹਿੰਦੁਸਤਾਨ ਦੇ ਸ਼ਾਸਤਰਾਂ ਵਿੱਚ ਗਊ ਬਾਰੇ ਬੜਾ ਕੁਝ ਲਿਖਿਆ ਹੋਇਆ, ਤੇ ਉਹਦੀ ਰਕਸ਼ਾ ਕਰਨ ਵਾਸਤੇ ਖਾਲਸਾ ਫੌਜ ਹੈ, ਤੇ ਸਾਡਾ ਸਭ ਤੋਂ ਪਹਿਲਾਂ ਪੰਜਾਬ ਵਿੱਚ ਆਪਾਂ ਨੂੰ ਇੱਕ ਵੀ ਅਵਾਰਾ ਪਸ਼ੂ ਨਹੀਂ ਦਿਸਣਾ ਚਾਹੀਦਾ। ਨਾਮ ਹੋਵੇ, ਇਹ ਗਊ ਦੇ ਨਾਮ ਤੇ ਪੈਸਾ ਲੈ ਕੇ ਕਮਾਉਂਦੇ ਆ ਗਊਸ਼ਾਲਾ ਵਾਲੇ, ਸਰਕਾਰ ਇਹ ਗਊ ਮਾਤਾ ਦੇ ਨਾਂ ਤੇ ਕਮਾਈਆਂ ਕਰਦੇ ਆ, ਇਹ ਕੋਈ ਗਊ ਮਾਤਾ ਨੂੰ ਕੋਈ ਨਹੀਂ ਪੂਜਦੇ, ਨਾ ਗਊਸ਼ਾਲਾ ਵਾਲੇ ਪੂਜਦੇ ਆ, ਨਾ ਸਰਕਾਰ ਪੂਜਦੀ ਹੈ, ਸਾਰਿਆਂ ਨੂੰ ਪ੍ਰਾਫਿਟ ਪ੍ਰਾਫਿਟ ਦੇ ਪਿੱਛੇ ਲੱਗੇ ਹੋਏ ਨੇ। ਸਰਕਾਰ ਵੀ ਪੈਸਾ ਦਿੰਦੀ ਗਊਸ਼ਾਲਾ ਵਾਲਿਆਂ ਨੂੰ, ਲੋਕ ਵੀ ਦਾਨ ਕਰਦੇ ਆ, ਅਤੇ ਫਿਰ ਦੁੱਧ ਗਊਆਂ ਵੇਚ ਕੇ ਵੀ ਕਮਾਈਆਂ ਕਰਦੇ ਆ। ਪਰ ਇੱਕ ਇਹ ਦਾਸ ਤਾਂ ਕਹਿ ਰਿਹਾ ਹੈ ਕਿ ਅਸੀਂ ਖਾਲਸਾ ਜਿਹੜਾ ਹੈ ਇਹ ਰੱਬ ਦੇਖਦਾ ਪਰਮਾਤਮਾ, ਸਾਨੂੰ ਇਹਨਾਂ ਨੇ ਦੁੱਧ ਪਿਆਇਆ, ਸਾਡੀ ਇਹਨਾਂ ਨੇ ਖੇਤੀਆਂ ਪਾਲੀਆਂ ਨੇ। ਪਹਿਲੇ ਜ਼ਿਮੀਂਦਾਰ ਬੈਲ ਨੂੰ ਕਸਾਈ ਨੂੰ ਨਹੀਂ ਚੱਕਣ ਦਿੰਦੇ ਸੀ, ਮਰੇ ਹੋਏ ਨੂੰ ਵੀ ਕਹਿੰਦੇ ਸੀ ਇਹਨੂੰ ਘਰ 'ਚ ਦਫਨਾਉਣਾ, ਇਹਨੇ ਮੈਨੂੰ ਰਿਜ਼ਕ ਖਵਾਇਆ। ਬੈਲ ਕਸਾਈ ਨੂੰ ਨਹੀਂ ਦਿੰਦੇ ਸੀ, ਹੁਣ ਸਾਰੇ ਕਸਾਈਆਂ ਨੂੰ ਦੇ ਰਹੇ ਨੇ। ਬੈਲ ਹੋਵੇ, ਕੱਟਾ ਵੱਛਾ ਹੋਵੇ, ਕੁਝ ਹੋਵੇ, ਜਿੱਥੇ ਆਪਾਂ ਇੰਨਿਆਂ ਦਾ ਪਾਲਣ ਕਰ ਰਹੇ ਹਾਂ, ਇਹਨਾਂ ਪਸ਼ੂਆਂ ਦਾ ਨਾਲ ਪਾਲਣ ਕਰਨਾ ਆਪਾਂ ਨੂੰ ਕਹਿੰਦੇ ਨੇ, ਅਤੇ ਬੰਦਾ ਕਿਸੇ ਕੰਮ ਨਹੀਂ ਆਉਂਦਾ, ਪਸ਼ੂਆਂ ਦੇ ਤਾਂ ਹੱਡ ਵੀ ਵੇਖਦੇ ਆ। ਇਹ ਬਾਬਾ ਲੱਖਾ ਸਿੰਘ ਨੇ ਠੀਕ ਵਿਚਾਰ ਰੱਖੀਏ, ਸਾਡਾ ਮਿਸ਼ਨ ਹੈ ਨਾਮ ਜਪਣਾ ਜਪਾਉਣਾ, ਇਸ ਤੋਂ ਬਾਹਰ ਨਹੀਂ ਜਾਣਾ। ਪਰ ਅੱਜ
जे नाम जपण वाला वातावरण होएगा तां ही आपां जपांगे। जे प्रदूषण ही फैल जाएगा, वातावरण ही माड़ा हो जाएगा, तो फिर भाई अपना साह लेना ही औखा हो गया, तो आप साह साह विच रब का नाम किवें जपांगे। इस करके इत्थे ये विचार दिती जा रही है कि भाई सारे जने ये अपराला करो, हिम्मत करो, आपो अपने नगरां ते थां थां गऊशाला बनिया ने, उन्हां दे विच पूरा विच जाके संभाल करो कि कादे वास्ते बनिया ने। इन्ने पशु असी तकरीबन उच्चो साहब दे विच 3,000-4,000 पशु तक आवारा जिहड़े टट्ठे वगैरा उन्हां दी सेवा करन ते बंदियां नूं लाया। 4 गऊशाला पुच्चो दे विच विच ही ने। बाबा खेम सिंह जी ने बनाई सी भी इन्हां दा दुद्ध भी नहीं कढ़ना, एक गऊशाला इन्हां दी सेवा ही करनी है। उन्हां महापुरखां दी अवस्था सी, बाबा मां हरनाम सिंह वेले हुक्म सी कि जिहड़ा दाणा है वह पंछियां नूं वास्ते भी रखिया जाए लंगर दा। हुण भी कोठे भर के पंछियों वास्ते रखिया जाता है, पशुओं वास्ते, पशुओं नूं आवारा पशुओं नूं दाणा पाउणा है, पंछियों नूं पाउणा है, कीड़ियां नूं पाउणा है, कीड़ियां दे पाउणा है, संगतां दे विच लंगर लाउणे आ। इह बाबा जी वेले तो मर्यादा चली आउंदी है, हुण भी इह उत्थे मर्यादा है। पंछियों नूं पाउणा, पशुओं नूं पाउणा, कीड़ियां दे अगे अनाज सिटना, लंगर लाउणे, ਇਹ ਗੁਰੂ ਘਰ ਦੀ ਮਰਿਆਦਾ ਹੈ ਕਿ ਦੇਗ ਤੇਗ ਫਤਿਹ ਖਾਲਸੇ ਨੂੰ ਪ੍ਰਾਪਤ ਹੋਈ ਹੈ। ਪਰ ਸਭ ਤੋਂ ਜ਼ਰੂਰੀ ਜਿਹੜਾ ਹੈ ਉਹ ਹੁਣ ਦਰਗਾਹੀ ਪ੍ਰਸ਼ਾਦ ਦਾ ਸਮਾਂ ਹੈ। ਇਹ ਵਿਚਾਰ ਪਹਿਲਾਂ 40 ਸਟੇਜ 'ਤੇ ਕਰਕੇ ਦਾਸ ਨੇ ਤਾਂ ਰੱਖੀ ਹੈ, ਪਰ ਸਮਾਂ ਹੁਣ ਦਰਗਾਹੀ ਪ੍ਰਸ਼ਾਦ ਦਾ ਹੈ। ਝੋਲੀਆਂ ਭਰਾਲੋ, ਗੁਰੂ ਨਾਨਕ ਦੇ ਘਰੋਂ ਲੱਦ ਲੱਦ ਕੇ ਲਾਦ ਖਜ਼ਾਨਾ। ਕਹਿੰਦੇ ਮੈਂ ਸੰਗਤ ਕੀਤੀ ਮਹਾਂਪੁਰਖਾਂ ਦੀ ਤੇ ਮੈਂ ਗੱਡੇ ਲੱਦ ਲੱਦ ਕੇ ਲੈ ਗਿਆ ਨਾਮ ਦੇ, ਮੇਰਾ ਟਾਂਡਾ ਲੱਦਿਆ ਜਾ ਰਿਹਾ। ਕਹਿੰਦੇ ਦੇਖ ਲਓ ਮੇਰਾ ਗੱਡਾ ਲੱਦਿਆ ਹੋਇਆ ਜਾ ਰਿਹਾ ਮਹਾਂਪੁਰਖਾਂ ਦੀ ਸੰਗਤ ਚੋਂ। ਨਾਮ ਦੀਆਂ ਸਿਮਰਨ ਦੀਆਂ, ਜਿੱਥੇ ਨਾਮ ਹੈ ਉੱਥੇ ਸਭ ਕੁਝ ਹੈ, ਜਿੱਥੇ ਨਾਮ ਨਹੀਂ ਉੱਥੇ ਕੁਝ ਵੀ ਨਹੀਂ। ਜਿੱਥੇ ਨਾਮ ਹੈ ਉੱਥੇ ਸਭ ਕੁਛ ਹੈ, ਜਿੱਥੇ ਨਾਮ ਨਹੀਂ ਉੱਥੇ ਕੋਈ ਨਹੀਂ। ਇਹ ਸਥਾਨ 'ਤੇ ਨਾ ਮਾਇਆ ਮੰਗੀ ਜਾਂਦੀ ਹੈ, ਨਾ ਝੋਨੇ ਕਣਕਾਂ ਮੰਗੀਆਂ ਜਾਂਦੀਆਂ ਹੈ, ਨਾ ਕੋਈ ਹੋਰ ਮੰਗ ਕੀਤੀ ਜਾਂਦੀ ਹੈ। ਕੇਵਲ ਮੰਗ ਕੀਤੀ ਜਾਂਦੀ ਹੈ ਭਾਈ ਕਿੰਨਾ ਪਾਠ ਕਰੋਗੇ, ਕਿੰਨਾ ਸਿਮਰਨ ਕਰੋਗੇ, ਕਿੰਨਾ ਨਿਤਨੇਮ ਕਰੋਗੇ। ਭੋਰਾ ਸਾਹਿਬ ਦੇ ਦਰਸ਼ਨ ਇਹ ਲਿਖ ਕੇ ਲਾਇਆ ਭਾਈ ਕਿੰਨਾ ਪਾਠ ਕਰੋਗੇ। ਅਤੇ ਸਾਰਿਆਂ ਵਾਸਤੇ ਅੱਗੇ ਵੀ ਮਹਾਂਪੁਰਖਾਂ ਨੇ ਦੱਸਿਆ ਹੈ, ਦਾਸ ਫਿਰ ਦੁਹਰਾ ਰਿਹਾ ਹੈ ਕਿ 2 ਪਾਠ ਸੁਖਮਣੀ ਸਾਹਿਬ ਦੇ ਰੋਜ਼ ਕਰਨੇ, ਨੇਮ ਬਣਾਓ, ਬੜੀ ਠੰਡ ਮਿਲੇਗੀ। ਜਾਂ ਫਿਰ 10 ਪਾਠ ਜਪਜੀ ਸਾਹਿਬ ਦੇ ਰੋਜ਼ ਕਰਨੇ, ਜੇ 2 ਨਹੀਂ ਕਰ ਸਕਦੇ, 1 ਸੁਖਮਣੀ 5 ਜਪਜੀ ਵੀ ਕਰ ਸਕਦੇ ਜੀ। ਜਾਂ ਫਿਰ 6 ਮਾਲਾ ਮੂਲ ਮੰਤਰ ਦੀਆਂ, ਨਾਨਕ ਵਸੀ ਪੀ ਸੱਚ ਤੱਕ, ਜਾਂ 80 ਮਾਲਾ ਵਾਹਿਗੁਰੂ ਵਾਹਿਗੁਰੂ ਦੀਆਂ ਕਰਨੀਆਂ ਰੋਜ਼, ਰਾਮ ਰਾਮ ਦੀ 160 ਹਿੰਦੂ ਭਰਾ ਕਰ ਸਕਦਾ ਹੈ। ਸਾਰੀਆਂ ਸੰਗਤਾਂ ਨੂੰ ਲਾਓ, ਸਾਡਾ ਧਰਤੀ 'ਤੇ ਸਭ ਤੋਂ ਵੱਡਾ ਕੀ ਗੁਣਾ ਹੈ, ਸਭ ਤੋਂ ਵੱਡਾ ਪਾਪ ਕਿਹੜਾ ਹੈ, ਸਭ ਤੋਂ ਵੱਡਾ ਪੱਧਰ ਕਿਹੜਾ ਹੈ। ਸਭ ਤੋਂ ਵੱਡਾ ਗੁਣਾ ਪਾਪ ਪੱਧਰ ਇਹ ਆ ਕਿ ਜਿਹਨੇ ਤੈਨੂੰ ਮਨੁੱਖਾ ਦੇਹੀ ਦਿੱਤੀ, ਜਿਹਨੇ ਤੈਨੂੰ ਖਾਣ ਪੀਣ ਨੂੰ ਪਦਾਰਥ ਦਿੱਤੇ, ਪਹਿਨਣ ਨੂੰ ਬਸਤਰ, ਗੱਡੀਆਂ ਕਾਰਾਂ, ਕੋਈ ਸੁੱਖ ਰੱਬ ਨੇ ਲੁਕੋ ਕੇ ਨਹੀਂ ਰੱਖਿਆ। ਉਹ ਤੂੰ ਉਹਨੂੰ ਸਵੇਰੇ ਸ਼ਾਮ ਜਪ ਨਹੀਂ ਸਕਦਾ, ਤੂੰ ਪਰਮਾਤਮਾ ਨਾਰਾਜ਼ ਹੋ ਜਾਂਦਾ ਉਸ ਸਮੇਂ ਜਦੋਂ ਸਵੇਰੇ ਅੰਮ੍ਰਿਤ ਵੇਲੇ ਸਿੱਖ ਸੁੱਤਾ ਪਿਆ ਹੋਵੇ, ਸ਼ਾਮ ਨੂੰ ਭੁੱਲਿਆ ਭੁੱਲਣਾ ਅਨੁਸਾਰ ਕੰਮਾਂ 'ਚ ਹੀ ਫਸਿਆ ਲਗਾ ਫਿਰਦਾ ਹੋਵੇ, ਸ਼ਾਮ ਨੂੰ ਛੱਡ ਧੰਦੇ ਮਾਰ ਚਲਾ ਕੇ ਅਤੇ ਸਵੇਰੇ ਅੰਮ੍ਰਿਤ ਵੇਲੇ ਰਜਾਈ ਕੰਬਲ ਕੋਈ ਵੀ ਸੁੱਖ ਚਲਾ ਕੇ ਮਾਰ ਅਤੇ ਨਾਮ ਜਪਣਾ।
ਨਾਮ ਜਪਣਾ ਸਿਮਰਨ ਕਰਨਾ, ਇਹ ਦੋ ਵਕਤ ਆਪਦੇ ਸੰਭਾਲ ਲਵੋ ਤੇ ਗੁਰੂ ਤੁਹਾਨੂੰ ਲੋਕ ਪ੍ਰਲੋਕ ਸੰਭਾਲੇਗਾ, ਘਰ ਵਿੱਚ ਸੰਭਾਲੇਗਾ, ਬਾਹਰ ਸੰਭਾਲੇਗਾ, ਤੁਹਾਨੂੰ ਸੰਭਾਲੇਗਾ, ਬੱਚਿਆਂ ਦੀ ਸੰਭਾਲ ਕਰੇਗਾ, ਸਭ ਥਾਈ ਗੁਰੂ ਦੀ ਜ਼ਿੰਮੇਵਾਰੀ। ਦੋ ਸਮੇਂ ਤੁਸੀਂ ਸੰਭਾਲੋ ਤੇ ਬਾਹਾਂ ਖੜੀਆਂ ਕਰੋ ਕਿ ਬਾਬਾ ਜੀ ਕਿਰਪਾ ਕਰਿਓ, ਅਸੀਂ ਤੁਹਾਡੀ ਮਿਹਰ ਦੇ ਨਾਲ 24 ਘੰਟਿਆਂ 'ਚੋਂ 2.5 ਘੰਟੇ ਰੋਜ਼ ਦਸਵਾਂ ਤੋਂ ਤੁਹਾਨੂੰ ਦਿਆਂਗੇ, ਬਾਕੀ ਅਸੀਂ ਜਿਹੜੇ ਘੰਟੇ ਨੇ ਉਹ ਆਪਦੇ ਕਾਰੋਬਾਰ ਤੇ ਆਰਾਮ ਲਈ, 2.5 ਘੰਟੇ ਅੱਜ ਤੋਂ ਤੁਹਾਡੇ ਨੇ, ਸਾਡੀਆਂ ਬਾਹਾਂ ਫੜ ਕੇ ਰੱਖਿਓ, ਸਾਡੇ ਤੇ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਨਿਤਨੇਮ ਕਰਾ ਲਿਓ ਤੇ ਇੱਕ ਵਾਰੀ ਧਾਰਨਾ ਲਾ ਲਓ। ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਉੱਚੇ ਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ, ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਕੌਣ ਜਾਣੇ ਗੁਣ ਤੇਰੇ, ਆਪਾਂ ਗੁਰੂ ਨਾਨਕ ਦੇ ਘਰ ਵਿੱਚ ਆਏ ਹਾਂ, ਗੁਰੂ ਨਾਨਕ ਦੀ ਸੋਭਾ ਸੁਣ ਕੇ ਆਏ ਹਾਂ। ਇਹ ਮੇਰੇ ਵਿਚਾਰ ਨਹੀਂ, ਮੇਰੀਆਂ ਗੱਲਾਂ ਨਹੀਂ, ਇਹ ਬਾਬਾ ਆਨੰਦ ਸਿੰਘ ਜੀ ਦੀਆਂ ਹੈ, ਬਾਬਾ ਈਸ਼ਰ ਸਿੰਘ ਜੀ ਦੀਆਂ ਹੈ, ਇਹ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ। ਦਾ ਹੋਕਾ ਦਿੱਤਾ ਹੈ, ਝੋਲੀਆਂ 'ਚ ਪਵਾ ਲਿਓ, ਪਿਛਲੇ ਪਾਠਾਂ ਦੀ ਗਿਣਤੀ ਸਰਵਣ ਕਰ ਲਵੋ ਜਿਹੜੇ ਹੁਣ ਸ਼ੁਰੂ ਹੋਏ ਆ, ਹੁਣ ਨਵੀਂ ਗਿਣਤੀ ਸ਼ੁਰੂ ਹੋਈ ਹੈ। 80,000 ਸੱਚਖੰਡ ਭੇਟਾਂ, ਸੰਗਤਾਂ ਵੱਲੋਂ ਕੀਤੇ ਪਾਠ 3,737, ਪਾਠਾਂ ਦੀ ਕੁੱਲ ਗਿਣਤੀ 83,737। ਹਾਂਜੀ ਨਹੀਂ 83,000, 80 ਪਹਿਲੋਂ 80,000, 83,737 ਕੁੱਲ ਗਿਣਤੀ, 83,000 ਪਾਠ ਆਹ ਮਹੀਨੇ 'ਚ ਹੋ ਗਿਆ। ਇਹ ਪਾਠ ਉਹ ਇਹ ਜਿਹੜੇ 50 ਸੁਖਮਣੀ ਦੇ ਪਾਠ ਕੀਤੇ ਜਾਣ 'ਤੇ ਇੱਕ ਪਾਠ, 250 ਪਾਠ ਜਪਜੀ ਦਾ ਹੋਵੇ ਤਾਂ ਇੱਕ ਪਾਠ, 180 ਮਾਲਾ ਮੂਵਮੈਂਟ ਦੀਆਂ ਹੋਣ 'ਤੇ ਇੱਕ ਪਾਠ, 2400 ਮਾਲਾ ਹੋਵੇ ਵਾਹਿਗੁਰੂ ਵਾਹਿਗੁਰੂ ਦੀ ਅਤੇ ਇੱਕ ਪਾਠ ਗਿਣਿਆ ਜਾਂਦਾ ਹੈ। ਇਹ 83,000 ਪਾਠ ਗੁਰੂ ਨਾਨਕ ਦੇ ਖਜ਼ਾਨੇ ਵਿੱਚ ਸੰਗਤਾਂ ਨੇ ਇਸ ਮਹੀਨੇ ਵਿੱਚ ਕੀਤੇ ਨੇ, ਅਤੇ ਹੋਰ ਵੱਧ ਕਰ ਕਰਕੇ ਲਿਆਓ ਹਰੇਕ ਪੂਰਨਮਾਸ਼ੀ 'ਤੇ। ਹੁਣ ਕਵਿਤਾ ਵਾਲਿਆਂ ਤੋਂ ਸਰਵਣ ਕਰੋ, ਸਟੇਜ ਦੀ ਸੇਵਾ ਨਿਭਾਉਂਦਿਆਂ ਸੇਵਾਦਾਰਾਂ ਤੋਂ ਭੁੱਲਾਂ ਗਲਤੀਆਂ ਦੀ ਮਾਫ਼ੀ ਦੇਣੀ, ਅੱਗੇ ਤੋਂ ਬਾਬਾ ਜੀ ਸਿਰ 'ਤੇ ਹੱਥ ਰੱਖ ਕੇ ਸਮਾਧ ਬਖਸ਼ ਕੇ ਸੇਵਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ।